ਆਪਣੇ ਸਾਰਿਆਂ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਸਾਡੇ ਇਸ ਵੇਲੇ BJP ਨੈਸ਼ਨਲ ਪ੍ਰੈਜ਼ੀਡੈਂਟ ਅਤੇ ਹੈਲਥ ਮਿਨਿਸਟਰ ਸਾਡੇ ਨੱਡਾ ਸਾਹਿਬ, ਸਾਡੇ ਹੋਮ ਮਿਨਿਸਟਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ, ਸਾਡੇ ਰੇਲਵੇ ਮਿਨਿਸਟਰ ਅਸ਼ਵਨੀ ਜੀ, ਸਾਡੇ ਸੂਬੇ ਦੇ BJP ਦੇ ਪ੍ਰਧਾਨ ਸਾਡੇ ਜਾਖੜ ਸਾਹਿਬ, ਸਾਡੇ ਖਾਸ ਤੌਰ 'ਤੇ ਅੱਜ ਜੇ ਮੈਂ ਗੱਲ ਕਰਾਂ BJP ਦੀ, ਅਤੇ ਸਾਡੇ ਚਾਹੇ ਸਟੇਟ ਦੀ ਲੀਡਰਸ਼ਿਪ ਇਸ ਵੇਲੇ ਬਿਰਾਜਮਾਨ ਆ ਲੁਧਿਆਣੇ ਤੋਂ, ਮੈਂ ਸਾਰਿਆਂ ਦਾ, ਚਾਹੇ ਸਰੀਨ ਸਾਹਿਬ ਬੈਠੇ ਹੋਣ, ਚਾਹੇ ਸਾਡੇ ਮਿੱਤਲ ਸਾਹਿਬ ਬੈਠੇ ਹੋਣ, ਚਾਹੇ ਸਾਡੇ ਰੇਨੂ ਥਾਪਰ ਜੀ, ਸਾਡੇ ਖਜਾਨਚੀ, ਸਾਡੇ ਦੇਬੀ ਜੀ, ਸਾਡੇ ਸਾਰੇ ਹੀ ਜੀਵਨ ਗੁਪਤਾ ਜੀ, ਸਾਡੇ ਕਾਕਾ ਜੀ, ਸਾਡੇ ਕੜਵਲ ਸਾਹਿਬ, ਅਤੇ ਮੇਰੇ ਬਾਕੀ ਵੀ ਸਾਰੇ ਪਿੱਛੇ ਸਾਡੀ ਡਿਸਟ੍ਰਿਕਟ ਦੀ ਜਿਹੜੀ ਟੀਮ ਆ, ਅਤੇ ਖਾਸ ਤੌਰ 'ਤੇ ਸਾਡੇ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਨੇ ਇੱਕ ਮੁੱਠੀ 'ਚ BJP ਨੂੰ, BJP ਦੇ ਕਾਰਜਕਰਤਾ ਨੂੰ, BJP ਦੀ ਲੀਡਰਸ਼ਿਪ ਨੂੰ, ਚਾਹੇ ਉਹ ਗਰਾਸ ਰੂਟ 'ਤੇ ਹੋਵੇ, ਚਾਹੇ ਉੱਤੇ ਤੱਕ ਲੀਡਰਸ਼ਿਪ ਹੋਵੇ, ਉਹਦਾ ਸਾਰਿਆਂ ਦਾ ਸਿਹਰਾ ਜਿਹੜਾ ਹੈ ਉਹ ਸਾਡੇ BJP ਦੇ ਜ਼ਿਲ੍ਹਾ ਪ੍ਰਧਾਨ, ਸਾਡੇ ਬਹੁਤ ਹੀ ਸਤਿਕਾਰਯੋਗ ਧੰਮਾਨ ਸਾਹਿਬ, ਅਤੇ ਉਹਨਾਂ ਦੀ ਡਿਸਟ੍ਰਿਕਟ ਦੀ ਸਾਰੀ ਟੀਮ ਸਾਡੇ ਪਿੱਛੇ ਬਿਰਾਜਮਾਨ ਬੈਠੀ ਆ, ਵੱਖ ਵੱਖ ਅਹੁਦਿਆਂ 'ਤੇ ਵੱਖ ਵੱਖ ਸਾਡੇ ਡਿਪਾਰਟਮੈਂਟ, ਸਾਰੇ ਵਿੰਗ ਨੇ ਸਾਡੇ, ਚਾਹੇ ਉਹ ਯੂਥ ਦਾ ਵਿੰਗ ਹੋਏ, ਚਾਹੇ ਮਹਿਲਾਵਾਂ ਦਾ ਵਿੰਗ ਹੋਏ, ਚਾਹੇ ਸਾਡੇ ਵੱਖ ਵੱਖ ਵਿੰਗ ਨੇ। ਮੈਂ ਅੱਜ ਹੈਰਾਨ ਹਾਂ, BJP 'ਚ ਦਿਵਿਆਂਗ ਸੈੱਲ ਆ ਜਿਹੜਾ, ਉਹਨੇ ਵੀ ਬਹੁਤ ਵੱਡਾ ਕੰਮ ਕੀਤਾ। ਅਤੇ ਕੱਲ੍ਹ ਅਸੀਂ, ਸਾਡੇ ਮੇਰੇ ਸਤਿਕਾਰਯੋਗ ਅੰਕਲ ਬੈਠੇ ਆ, ਕੱਲ੍ਹ ਸਾਰਿਆਂ ਨੇ ਅਸੀਂ PCC ਦੇ ਵਿੱਚ ਜਿਹੜੀਆਂ ਉਹ ਮੀਟਿੰਗਾਂ ਹੋਈਆਂ, ਉਹਦੇ ਵਿੱਚ ਸਾਰੇ ਇੱਕਜੁੱਟ ਹੋ ਕੇ, ਸਾਰੇ 13 ਦੇ 13 ਕੈਂਡੀਡੇਟ, ਸਾਡੇ ਸਾਰੇ ਹੀ ਜ਼ਿਲ੍ਹਾ ਪ੍ਰਧਾਨ BJP ਦੇ ਵੱਖ ਵੱਖ ਅਹੁਦਿਆਂ 'ਤੇ ਸਾਰਿਆਂ ਨੇ ਜਿਹੜਾ ਹੈ ਉਹ ਕੱਲ੍ਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕੀਤਾ ਵੀ ਉਹਨਾਂ ਨੇ ਪੰਜਾਬ ਨੂੰ ਆਪਣੀ ਪ੍ਰਾਇਓਰਿਟੀ 'ਤੇ, ਪੰਜਾਬ ਨੂੰ ਆਪਣੀ ਜਿਹੜੀ ਆ ਉਹਨਾਂ ਦੀ ਪ੍ਰਾਇਓਰਿਟੀ ਸੋਚ ਆ ਵੀ ਪੰਜਾਬ ਨੂੰ ਕਿੱਥੇ ਲੈ ਕੇ ਜਾਣਾ, ਪੰਜਾਬ ਦੀ BJP ਨੂੰ ਕਿੱਥੇ ਲੈ ਕੇ ਜਾਣਾ, ਉਹਦੇ ਬਾਰੇ ਜਿੰਨਾ ਵੀ ਉਹਨਾਂ ਦਾ ਧੰਨਵਾਦ ਕੀਤਾ ਜਾਵੇ ਉਹ ਥੋੜ੍ਹਾ ਹੈ, ਕਿਉਂਕਿ ਪੰਜਾਬ ਦੇ ਵਿੱਚ BJP ਨੇ ਐਡਾ ਵਧੀਆ ਪਰਫੋਰਮ ਕੀਤਾ। ਕਿੱਥੇ 22 'ਚ ਅਸੀਂ 2 ਸੀਟਾਂ 'ਤੇ ਸੀ, ਕਿੱਥੇ ਅੱਜ ਅਸੀਂ 23 ਸੀਟਾਂ ਹੈ ਜਿਹੜੀਆਂ ਉਹ ਵਿਧਾਨ ਸਭਾ ਦੀਆਂ ਸੀਟਾਂ ਜਿੱਤੀਆਂ। ਚਾਹੇ ਨੰਬਰ ਔਫ ਪਰਸੈਂਟੇਜ ਦੀ ਗੱਲ ਕਰੀਏ, ਇੱਕੋ ਇੱਕ ਪਾਰਟੀ ਆ ਸਾਰੇ ਪੰਜਾਬ 'ਚ ਜਿਹੜੀ ਪਰਸੈਂਟੇਜ ਡਬਲ ਫਿਗਰ ਤੋਂ ਵੀ ਜਿਹੜੀ ਉੱਤੇ ਆ, ਉਹਨਾਂ ਨੇ ਆਪਣੀ ਪਰਫੋਰਮੈਂਸ 'ਚ ਵਧਾਈ ਆ। 18% ਤੋਂ ਉੱਤੇ ਜਿਹੜੀ ਵੋਟ ਆ ਸਾਡੇ ਅੱਜ ਪਈ ਆ। ਜੇ ਮੈਂ ਲੁਧਿਆਣੇ ਦੀ ਗੱਲ ਕਰਾਂ, ਹੁਣੇ ਮੈਨੂੰ ਇਹ ਗੱਲ ਦੱਸੀ ਜਾ ਰਹੀ ਸੀ ਵੀ ਲੁਧਿਆਣੇ ਦੇ ਜਿਹੜੇ ਕਾਉਂਸਲਰ ਜਿਹੜੇ ਵਾਰਡ ਪੈਂਦੇ ਆ ਉਹਦੇ ਵਿੱਚੋਂ ਪ੍ਰਧਾਨ ਜੀ, ਅਸੀਂ 66 ਜਿਹੜੇ ਉਹ ਵਾਰਡ ਆ ਜਿਹੜੇ ਉਹ 95 'ਚੋਂ 66 ਵਾਰਡ ਆ ਜਿਹੜੇ ਉਹ ਅਸੀਂ ਜਿੱਤੇ ਆ। ਅਤੇ ਇਸ ਕਰਕੇ ਕਿੱਡੀ ਵੱਡੀ ਗੱਲ ਆ, ਤੁਸੀਂ ਅੰਦਾਜ਼ਾ ਤਾਂ ਲਾਓ ਨਾ। ਅਸੀਂ ਸਾਰਾ, ਮਤਲਬ ਇੱਕ ਪਾਸੇ ਸਾਰੀਆਂ ਪਾਰਟੀਆਂ ਮਿਲਾ ਕੇ, ਉਹਨਾਂ ਦੇ ਵੀ ਜੇ ਤੁਸੀਂ ਵਾਰਡ 'ਚ ਪਰਫੋਰਮੈਂਸ ਦੇਖੋ ਉਹ ਵੀ ਨਹੀਂ ਇਕੱਠੀ। 66 ਅਸੀਂ ਲੁਧਿਆਣੇ ਦੇ ਵਿੱਚ, ਇਹ
ਐਡਾ ਵੱਡਾ ਮੈਂਡੇਟ ਆ ਜਿਹੜਾ ਉਹ ਖਾਸ ਤੌਰ 'ਤੇ ਲੁਧਿਆਣੇ ਦੇ ਸਾਰੇ ਵੋਟਰਾਂ ਨੂੰ, ਲੁਧਿਆਣੇ ਦੇ ਵਾਸੀਆਂ ਨੂੰ, ਅਸੀਂ ਸਾਰਿਆਂ ਵੱਲੋਂ ਬੀਜੇਪੀ ਦੇ ਲੀਡਰਸ਼ਿਪ ਵੱਲੋਂ ਦਿਲ ਦੀਆਂ ਗੁਰਾਈਆਂ ਨਾਲ ਉਹਨਾਂ ਦਾ ਧੰਨਵਾਦੀ ਹਾਂ ਵੀ ਉਹਨਾਂ ਨੇ ਐਡਾ ਵੱਡਾ ਮੈਂਡੇਟ ਆ ਜਿਹੜਾ, ਜਿੱਥੇ ਕਿ ਬੀਜੇਪੀ ਨੇ ਪਹਿਲੀ ਵਾਰ ਇਹ ਇਲੈਕਸ਼ਨ ਜਿਹੜੀ ਲੜੀ ਆ, ਹਜੇ ਕਿ ਅਸੀਂ ਕਿਉਂਕਿ ਇੱਕ ਕੰਮ ਹੁੰਦਾ ਹੈ ਪਾਰਟੀ ਦਾ ਕਰਨਾ, ਇੱਕ ਇਲੈਕਸ਼ਨ ਮਸ਼ੀਨਰੀ ਉਹ ਅਲੱਗ ਤਰ੍ਹਾਂ ਦੀ ਹੁੰਦੀ ਹੈ, ਅਤੇ ਉਹ ਪਹਿਲੀ ਵਾਰ ਸਾਡੇ ਕਾਰਜਕਰਤਾ ਅਤੇ ਸਾਡੀ ਜਿਹੜੀਆਂ ਟੀਮਾਂ ਹੈ ਉਹ ਲੜੀਆਂ, ਚਾਹੇ ਸਾਰੇ ਸਾਡੇ ਜ਼ਿਲ੍ਹੇ ਦੀ ਡਿਸਟ੍ਰਿਕਟ ਦੀ ਬਾਡੀ ਹੋਵੇ, ਚਾਹੇ ਸਾਡੇ ਮੰਡਲ ਪ੍ਰਧਾਨ ਹੋਣ, ਚਾਹੇ ਸਾਡੇ ਸ਼ਕਤੀ ਕੇਂਦਰ ਹੋਣ, ਚਾਹੇ ਸਾਡੇ ਬੂਥ ਕਮੇਟੀਆਂ ਬੂਥ ਪ੍ਰੈਜ਼ੀਡੈਂਟ ਹੋਣ, ਸਾਰੀਆਂ ਕਮੇਟੀਆਂ ਨੇ ਇਸ ਤਰੀਕੇ ਨਾਲ ਪਰਫੋਰਮ ਕੀਤਾ ਵੀ ਅੱਜ ਉਹ ਜਿੱਤ ਆ ਜਿਹੜੀ ਉਹ ਤੁਹਾਡੇ ਮੂਹਰੇ ਆ। ਇਕੱਲਾ ਇਕੱਲਾ ਇੰਨੀ ਗਰਮੀ 'ਚ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਨੇ ਆਪ ਮੰਨਿਆ ਵੀ ਐਡੀ ਬੜੀ ਗਰਮੀ 'ਚ ਜਿਹੜੀ ਇਲੈਕਸ਼ਨ ਉਹ ਬੜੀ ਔਖੀ ਇਲੈਕਸ਼ਨ ਸੀ, ਆਪਣੀ ਤਾਂ ਆਖਰੀ ਫੇਸ ਸੀ, ਅਤੇ ਬੀਜੇਪੀ ਨੇ ਇਕੱਲਾ ਇਕੱਲਾ ਦਰਵਾਜ਼ਾ ਲੁਧਿਆਣੇ ਦਾ ਖੜਕਾ ਕੇ ਪ੍ਰਧਾਨ ਮੰਤਰੀ ਜੀ ਬਾਰੇ, ਬੀਜੇਪੀ ਸਰਕਾਰ ਬਾਰੇ ਗੱਲ ਦੱਸੀ ਅਤੇ ਉਹ ਗੱਲ ਸੁਣੀ, ਮੰਨੀ ਗੱਲ, ਅਤੇ ਕਿਤੇ ਵੀ ਨੇੜੇ ਤੇੜੇ ਵੀ ਜਿਹੜੀਆਂ ਪਾਰਟੀਆਂ ਹੈ ਉਹ ਰਹਿ ਨਹੀਂ ਗਈਆਂ। ਅਸੀਂ 50,000 ਵੋਟ ਆ ਜਿਹੜੀ ਉਹ ਅਸੀਂ ਸ਼ਹਿਰ 'ਚੋਂ ਲੈ ਕੇ ਗਏ ਹਾਂ। ਸਿਰਫ ਜਿਹੜੀ ਸਾਡੀ ਕਮੀ ਰਹੀ ਉਹ ਸਿਰਫ ਇਹ ਵੀ ਅਸੀਂ ਪਿੰਡਾਂ ਦੇ ਵਿੱਚ, ਪਿੰਡਾਂ 'ਚ ਕਿਉਂਕਿ ਖਾਲੀ ਗਰਾਊਂਡ ਸੀ, ਬੀਜੇਪੀ ਨੂੰ ਉੱਥੇ ਕੰਪੇਨ ਕਰਨ ਨਹੀਂ ਦਿੱਤਾ, ਬੀਜੇਪੀ ਦੇ ਉੱਥੇ ਬੂਥ ਨਹੀਂ ਲੱਗਣ ਦਿੱਤੇ, ਅਤੇ ਇੱਕ ਕੈਂਡੀਡੇਟ ਵੀ ਆਮ ਵਰਕਰ ਜੇ ਸਾਡੇ ਨੇ ਤਾਂ ਕਿੱਥੇ ਜਾਣਾ ਸੀ। ਮੈਂ ਕੈਂਡੀਡੇਟ ਜਿਹੜਾ 300 ਤੋਂ ਉੱਤੇ ਪਿੰਡ ਆ ਜਿੱਥੇ ਮੈਂ ਕੰਪੇਨ ਹੀ ਨਹੀਂ ਕਰ ਸਕਿਆ, ਜਿੱਥੇ ਜਾ ਹੀ ਨਹੀਂ ਸਕੇ, ਅਤੇ ਜੇ ਉੱਥੇ ਵੀ ਸਾਨੂੰ ਲੈਵਲ ਪਲੇਇੰਗ ਫੀਲਡ ਮਿਲਦਾ, ਸਾਨੂੰ ਕੰਪੇਨ ਕਰਨ ਦਾ ਮੌਕਾ ਮਿਲਦਾ, ਜਿਹੜਾ ਕਿ ਆਮ ਆਦਮੀ ਦੀ ਸਰਕਾਰ ਅਤੇ ਕਾਂਗਰਸ ਨੇ ਰਲ ਕੇ ਇਹ ਸਾਰੀ ਸਾਜਿਸ਼ ਘੜੀ। ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਵੀ ਇਹਨਾਂ ਦਾ ਅਲਾਇੰਸ ਆ, ਜਿੱਥੇ ਇਹਨਾਂ ਦਾ ਕੈਂਡੀਡੇਟ ਆਪ ਜਿਹਦਾ ਵੀ ਜਿਤਾਉਣਾ ਚਾਹੁੰਦੇ ਸੀਗੇ ਤਕੜਾ, ਉੱਥੇ ਇਹਨਾਂ ਨੇ ਆਪਣਾ ਆਮ ਆਦਮੀ ਦਾ ਕੈਂਡੀਡੇਟ ਨੂੰ ਸਾਇਲੈਂਟ ਕਰਤਾ, ਜਿੱਥੇ ਆਮ ਆਦਮੀ ਦਾ ਜਿਤਾਉਣਾ ਚਾਹੁੰਦੇ ਸੀ ਉੱਥੇ ਕਾਂਗਰਸ ਦਾ ਸਾਇਲੈਂਟ ਕਰਤਾ। ਉਹ ਗੱਲ ਜਿਹੜੀ ਆ ਉਹ ਸਪਸ਼ਟ ਤੁਹਾਡੇ ਮੂਹਰੇ ਹੋਈ ਆ। ਨਹੀਂ ਤੁਸੀਂ ਮੈਨੂੰ ਦੱਸੋ, ਇੱਕ ਆਮ ਆਦਮੀ ਦੇ ਕੈਂਡੀਡੇਟ 6 ਦੇ 6 14 ਦੇ 14 MLA ਨੇ, ਅਤੇ ਅੱਜ ਪੱਪੀ ਜੀ ਜਿਹੜੇ ਕੈਂਡੀਡੇਟ ਸੀ ਉਹ ਆਪਣਾ ਵਾਰਡ ਵੀ ਕਿਵੇਂ ਹਾਰ ਗਏ, ਆਪਣਾ ਵਾਰਡ ਆ ਜਿਹੜਾ ਉੱਥੋਂ ਵੀ ਉਹ ਹਾਰ ਗਏ। ਇਹਦਾ ਮਤਲਬ ਇਹ ਸਾਰੀ ਮਿਲੀ ਗੇਮ ਸੀ। ਉੱਦਣ ਬੂਥ ਹਾਰ ਗਏ, ਬੂਥ ਹਾਰੇ, ਆਪਣਾ ਬੂਥ ਹਾਰੇ ਆ, ਇੱਦੂ ਬੜੀ ਗੱਲ ਕੀ ਹੋ ਸਕਦੀ ਆ। ਅਤੇ ਇਲੈਕਸ਼ਨਾਂ ਵਾਲੇ ਦਿਨ ਇਹ ਗੱਲ ਪ੍ਰੂਵ ਹੋ ਗਈ, ਜਦੋਂ ਕੈਂਡੀਡੇਟ ਇੱਕ ਦੂਜੇ ਦੇ ਘਰੇ ਜਾ ਕੇ ਬਹਿ ਗਏ, ਉਹਦਾ ਮਤਲਬ ਕੀ ਸੀ, ਤੁਸੀਂ ਸਾਰਾ ਇਹ ਗੱਲ ਸਮਝਦੇ ਹੋ। ਅਤੇ ਫਿਰ ਮੈਂ ਆਪਣੇ ਤੁਸੀਂ ਗੱਲ ਕਰ ਸਕਦੇ ਹੋ, ਪਰ ਮੈਂ ਸਭ ਤੋਂ ਜ਼ਿਆਦਾ, ਕਿਉਂਕਿ ਕੁਛ ਚਿਰ ਪਹਿਲਾਂ ਬੀਜੇਪੀ ਨੇ ਆਪਣਾ ਵਿਸ਼ਵਾਸ ਜਿਤਾਇਆ ਅਤੇ ਬੀਜੇਪੀ ਇੱਕਦਮ ਜਿਵੇਂ ਫੌਜ ਦੀ ਤਰ੍ਹਾਂ, ਆਰਮੀ ਦੀ ਤਰ੍ਹਾਂ ਉਹਨਾਂ ਨੇ ਇਹ ਕੰਮ ਕੀਤਾ। ਇੱਦੋਂ ਵੱਧ ਮਿਹਨਤ ਮੈਂ ਨਾ ਕੋਈ ਪਾਰਟੀ, ਮੈਂ 3 ਵਾਰ ਮੈਂਬਰ ਪਾਰਲੀਮੈਂਟ ਪਹਿਲਾਂ ਵੀ ਰਿਹਾ, ਇੰਨੀ ਪਾਰਟੀ ਕੋਈ ਮਿਹਨਤ ਕਰਦੀ, ਇੰਨੀ ਡੈਡੀਕੇਟਿਡ, ਬਿਨਾਂ ਕਿਸੇ ਨਿਸ਼ਕਾਮ ਸੇਵਾ ਕੀਤੀ ਆ। ਅਤੇ ਗਿੱਲ ਦੀਆਂ ਗਰਾਈਆਂ ਤੋਂ ਮੈਂ ਬੀਜੇਪੀ ਵਰਕਰ ਲੀਡਰਸ਼ਿਪ ਅਤੇ ਲੁਧਿਆਣੇ ਦੇ ਵੋਟਰਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਮੇਰੇ ਕੋਲ ਸ਼ਬਦ ਨਹੀਂ ਗਾ ਕੋਈ ਉਹਨਾਂ ਦਾ ਧੰਨਵਾਦ ਕਰਨ ਲਈ। ਵੱਡੇ ਫੈਸਲੇ ਹੋਏ ਆ, ਜਿਹੜਾ ਕਿ 2 ਮਿਨਿਸਟਰੀਆਂ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਲਈ ਦਿੱਤੀਆਂ, ਲੁਧਿਆਣੇ ਲਈ ਦਿੱਤੀ ਆ, ਚਾਹੇ ਉਹ ਸਾਡੀ, ਮੈਂ ਅੱਜ ਰੇਲਵੇ ਦੇ ਬਾਰੇ ਤੁਹਾਨੂੰ ਜ਼ਰੂਰ ਫੂਡ ਪ੍ਰੋਸੈਸਿੰਗ ਦੀ ਵੀ ਗੱਲ ਕਰਾਂਗੇ, ਪਰ ਛੋਟੀ ਥੋੜ੍ਹੀ ਨਹੀਂ ਕਿਉਂਕਿ ਟਾਈਮ ਬੜਾ ਥੋੜ੍ਹਾ ਸੀ, ਜੋ ਉਹਦੇ ਵਿੱਚ ਮੈਂ ਰਿਵਿਊ ਕਰ ਸਕਿਆ, ਜੋ ਮੈਂ ਗੱਲ ਕਰ ਸਕਿਆ ਉਹ ਤੁਹਾਡੇ ਮੂਹਰੇ ਜ਼ਰੂਰ ਮੈਂ ਦੱਸਣੀ ਆ। ਜਿੱਥੇ ਕਿ ਸਾਡੇ ਮੰਤਰੀ ਵੈਸ਼ਨਵ ਜੀ ਨਾਲ ਮੇਰੀ ਲੰਬੀਆਂ ਗੱਲਾਂ ਹੋਈਆਂ, ਇੱਕ ਸਭ ਤੋਂ ਜ਼ਰੂਰੀ ਤੁਹਾਨੂੰ ਪਤਾ ਹੈ ਵੀ ਅੱਜ ਜਿਹੜਾ ਇੱਕ ਲਿੰਕ ਆ ਜਿਹੜਾ
ਲਿੰਕ ਜਿਹੜਾ ਸਾਡਾ ਜੁੜਦਾ ਹੈ ਇਹ ਬਹੁਤ ਹੀ ਜ਼ਰੂਰੀ ਆ। ਬਾਕੀ ਲਿੰਕ ਵੀ ਹੈਗੇ ਆ, ਪਰ ਇਹ ਜਿਹੜਾ ਸਾਡਾ ਪਟਿਆਲੇ ਦੇ ਵਿੱਚੋਂ ਹੋ ਕੇ ਰਾਜਪੁਰਾ ਜਿਹੜਾ ਬ੍ਰੌਡਗੇਜ ਲਿੰਕ ਆ ਜਿਹੜਾ ਉਹਨੂੰ, ਕਿਉਂਕਿ ਇਹ ਬਹੁਤ ਪੁਰਾਣੀ ਮੰਗ ਆ, ਬੜੇ ਚਿਰ ਦੀ ਮੰਗ ਆ ਬਈ ਜਿਹੜਾ ਮੋਹਾਲੀ ਨਾਲ ਰਾਜਧਾਨੀ ਨਾਲ ਰਾਜਪੁਰੇ ਦੇ ਥਰੂ ਇਹਨੂੰ ਜੋੜਿਆ ਜਾਵੇ। ਇਹਦੀ ਖਾਸ ਤੌਰ 'ਤੇ ਮੈਂ ਜੇ ਗੱਲ ਕਰਾਂ, ਇਹ 55 ਜਿਹੜਾ ਕਿਲੋਮੀਟਰ ਆ ਜਿਹੜਾ ਇਹਦਾ ਲਿੰਕ ਆ, ਜਿਹੜਾ ਇਹ ਲਿੰਕ ਮਤਲਬ ਹੈ ਨਹੀਂ ਗਾ, ਜਿਹਦੇ ਕਰਕੇ ਸਿੱਧਾ ਪੰਜਾਬ ਮਾਲਵਾ ਸਾਰਾ ਜਿਹੜਾ ਉਹ ਆਪਣੀ ਕੈਪੀਟਲ ਨਾਲ ਉਹ ਜੁੜਿਆ ਨਹੀਂ ਹੋਇਆ। ਅਤੇ ਇਹਦੇ ਵਿੱਚ ਤਕਰੀਬਨ 2016 ਅਤੇ 2017 ਇੱਕ DPR ਬਣੀ ਸੀ ਜਿਹਦੀ ਤਕਰੀਬਨ ਜਿਹੜੀ ਇਹ ਸਾਰਾ ਪ੍ਰੋਜੈਕਟ ਕੋਸਟ ਸੀਗਾ ਉਸ ਵੇਲੇ 312 ਕਰੋੜ ਰੁਪਈਏ ਦਾ ਇਹ ਉਦੋਂ ਪ੍ਰੋਜੈਕਟ ਸੀ। ਅਤੇ ਇਹਦੇ ਵਿੱਚ ਇੱਕ ਗੱਲ ਜ਼ਰੂਰ ਸੀ ਵੀ ਜਦੋਂ ਰੇਲਵੇ ਨੇ ਦੇਖਿਆ ਵੀ ਇਹ ਪ੍ਰੋਜੈਕਟ 'ਚ ਵਿੱਚ ਸਾਨੂੰ ਮੁਨਾਫਾ ਹੈ ਜਾਂ ਘਾਟਾ ਹੈ, ਅਤੇ ਜਦੋਂ ਉਹਦੇ ਸਾਰੀ ਰਿਪੋਰਟ ਤਿਆਰ ਹੋਈ ਉਹਦੇ ਵਿੱਚ 5% ਦਾ ਰੇਲਵੇ ਨੂੰ ਘਾਟਾ ਸੀ, ਮੁਨਾਫਾ ਨਹੀਂ ਸੀ। ਅਤੇ ਚਲੋ ਉਹਨੂੰ ਦੇਖਦੇ ਹੋਏ ਵੀ ਇਹ ਫੈਸਲਾ ਕੀਤਾ ਗਿਆ ਵੀ ਅਸੀਂ ਜਿਹੜਾ 300 ਤੋਂ 1 ਕਰੋੜ ਰੁਪਈਆ ਖਰਚ ਕਰਾਂਗੇ, ਪਰ ਜਿਹੜੀ ਲੈਂਡ, ਕਿਉਂਕਿ ਬੜੀ ਵੱਡੀ ਸਮੱਸਿਆ ਹੈ ਪੰਜਾਬ ਦੇ ਵਿੱਚ ਜ਼ਮੀਨ ਦੀ, ਅਤੇ ਜ਼ਮੀਨ ਜਿਹੜੀ ਆ ਉਹ ਸ਼ੇਅਰਿੰਗ ਬੇਸ 'ਤੇ ਆ ਜਿਹੜਾ ਉਹ ਪੰਜਾਬ ਗੌਰਮੈਂਟ ਸਾਨੂੰ ਜ਼ਮੀਨ ਜਿਹੜੀ ਆ ਉਹ ਦਏਗੀ। ਮੈਂ ਸਾਰੀਆਂ ਜਿਹੜੀਆਂ ਰੇਲਵੇ ਬੋਰਡ ਨੇ ਚਿੱਠੀਆਂ ਲਿਖੀਆਂ ਪੰਜਾਬ ਚੀਫ ਸੈਕਟਰੀ ਨੂੰ ਲਿਖੀਆਂ, ਪਰ ਉਹ ਅੱਜ ਤਕਰੀਬਨ 8 ਸਾਲ ਹੋ ਗਏ ਉਹਦੇ ਵਿੱਚ ਜਿਹੜੀ ਆ ਉਹ ਜ਼ਮੀਨ ਜਿਹੜੀ ਆ ਉਹ ਨਹੀਂ ਮੁਹੱਈਆ ਕਰਾ ਕੇ ਦਿੱਤੀ ਪੰਜਾਬ ਸਰਕਾਰ ਨੇ। ਪਰ ਫਿਰ ਵੀ ਮੈਂ ਇਹ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਸਭ ਤੋਂ ਪ੍ਰਾਇਓਰਿਟੀ 'ਤੇ ਅਸੀਂ ਵਿਦਇਨ ਡੇਜ਼ ਇਹਨੂੰ ਦੁਬਾਰਾ ਇਹਦੀ DPR ਤਿਆਰ ਕਰਾਂਗੇ। ਇਹਦੀ ਮੈਂ ਮੰਤਰੀ ਜੀ ਨਾਲ ਗੱਲ ਕਰਕੇ ਇਹਦੀ DPR ਤਿਆਰ ਆ ਜਿਹੜੀ, ਕਿਉਂਕਿ ਇਹ SSA ਨਗਰ ਮੋਹਾਲੀ, ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਤਕਰੀਬਨ 43.192 ਹੈਕਟੇਅਰ ਜ਼ਮੀਨ ਆ ਜਿਹੜੀ ਉਹ ਸਾਨੂੰ ਇਹਦੇ ਲਈ ਚਾਹੀਦੀ ਆ। ਅਤੇ ਇਹਦੀ ਰਿਵਾਈਜ਼ DPR ਆ ਜਿਹੜੀ, ਕਿਉਂਕਿ ਹੁਣ ਉਹ 300 ਸੀ, ਹੁਣ ਉਹ ਡਬਲ ਹੋ ਗਈ ਹੋਣੀ 8 ਸਾਲ 'ਚ, ਤਾਂ ਉਹਦਾ ਖਰਚਾ 500-600 ਕਰੋੜ ਰੁਪਈਆ ਚਾਹੀਦਾ ਹੋਊਗਾ। ਪਰ ਮੁੱਖ ਮੰਤਰੀ ਜੀ ਨਾਲ ਜਦੋਂ ਮੀਟਿੰਗ ਹੋਏਗੀ ਉਹਨਾਂ ਨੂੰ ਇਹਦੇ ਲਈ ਕਿਸ ਤਰੀਕੇ ਨਾਲ ਉਹ ਜ਼ਮੀਨ ਮੁਹੱਈਆ ਕਰਾ ਸਕਦੇ ਆ, ਇਹ ਬਹੁਤ ਵੱਡਾ ਇੱਕ ਲਿੰਕ ਆ। ਮੈਂ ਇਹਦਾ ਤੁਹਾਨੂੰ ਦੱਸ ਦਿੰਦਾ 43.192 ਹੈਕਟੇਅਰ ਜ਼ਮੀਨ ਆ ਜਿਹੜੀ ਚਾਹੀਦੀ ਆ, ਅਤੇ ਟੋਟਲ ਜਿਹੜੀ ਆ 55 ਕਿਲੋਮੀਟਰ ਇਹ ਜਿਹੜੀ ਆ। ਉਦੋਂ ਬਾਅਦ ਜਿਹੜੀ ਇੱਕ ਜਿਹੜਾ ਸਾਡਾ ਲੁਧਿਆਣੇ ਦੇ ਵਿੱਚ ਜਿਹੜੀਆਂ ਤਕਰੀਬਨ ਮੁੱਲਾਂਪੁਰ ਜਿਹੜੀ ਆ ਡਬਲਿੰਗ ਬਦੋਵਾਲ ਲੁਧਿਆਣਾ ਸੈਕਸ਼ਨ ਆ ਜਿਹੜਾ ਇਹਦਾ ਕੰਮ ਚੱਲ ਰਿਹਾ, ਇਸੀ ਫਾਈਨੈਂਸ਼ੀਅਲ ਈਅਰ 'ਚ ਖਤਮ ਹੋਏਗਾ। ਲੁਧਿਆਣਾ ਕਿਲਾ ਰੈਪੁਰ ਡਬਲਿੰਗ ਇਹਦਾ ਕੰਮ ਚੱਲ ਰਿਹਾ ਹੈ, ਇਹਦਾ ਵੀ ਜਿਹੜਾ ਸੈਕਸ਼ਨ ਦਾ ਕੰਮ ਹੈ ਇਸੇ ਦੌਰਾਨ ਪੂਰਾ ਹੋਏਗਾ। ਨੰਗਲ ਡੈਮ ਤਲਵਾੜਾ ਮਕੇਰੀਆਂ ਇਹ ਬਿਲਕੁਲ ਨਵੀਂ ਲਾਈਨ ਪੈ ਰਹੀ ਹੈ, ਡਬਲਿੰਗ ਨਹੀਂ, ਇਹ ਨਵੀਂ ਲਾਈਨ ਪੈ ਰਹੀ ਆ। ਇਹ ਸਾਰਿਆਂ ਦੀ ਜਿਹੜੀ ਕੀਮਤ ਆ ਤਕਰੀਬਨ 2400 ਕਰੋੜ ਰੁਪਈਆ ਹੈ। ਇਹ ਜਿਹੜੇ ਪ੍ਰੋਜੈਕਟ ਨੇ ਮੈਂ ਜਿਵੇਂ ਕਿਹਾ ਮੁੱਲਾਂਪੁਰ ਡਬਲਿੰਗ ਬਦੋਵਾਲ ਲੁਧਿਆਣਾ ਸੈਕਸ਼ਨ, ਮੁੱਲਾਂਪੁਰ ਲੁਧਿਆਣਾ 'ਚ ਕਿਲਾ ਰੈਪੁਰ, ਲੁਧਿਆਣਾ ਕਿਲਾ ਰੈਪੁਰ ਸੈਕਸ਼ਨ 'ਚ ਇਹ ਡਬਲਿੰਗ ਹੋ ਰਹੀ ਆ, ਅਤੇ ਨੰਗਲ ਤਲਵਾੜਾ ਮਕੇਰੀਆਂ ਲਾਈਨ ਆ ਇਹ ਨਵੀਂ ਪੈ ਰਹੀ ਹੈ, 2400 ਕਰੋੜ ਰੁਪਏ ਦੇ ਇਹ ਪ੍ਰੋਜੈਕਟ ਨੇ। ਉਦੋਂ ਬਾਅਦ ਅੰਮ੍ਰਿਤ ਸਕੀਮ ਦੇ ਵਿੱਚ 30 ਪ੍ਰੋਜੈਕਟ ਨੇ, 30 ਰੇਲਵੇ ਸਟੇਸ਼ਨ ਨੇ ਜਿਹੜੇ ਪੰਜਾਬ ਦੇ ਵਿੱਚ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਦੇ ਵਿੱਚ ਉਹ ਕਵਰ ਕੀਤੇ ਜਾ ਰਹੇ ਆ। ਉਹਦੀ ਲਿਸਟ ਵੀ ਮੈਂ ਤੁਹਾਨੂੰ ਤਕਰੀਬਨ ਉਹ ਤਿਆਰ ਜਿਹੜੀ ਆ ਮੇਰੇ ਕੋਲ ਹੈਗੀ ਆ, ਮੈਂ ਤੁਹਾਨੂੰ ਦਊਂਗਾ। ਇਹਦੇ ਵਿੱਚ ਜਿਹੜਾ ਇਹ 1103 ਕਰੋੜ ਰੁਪਏ ਦਾ ਜਿਹੜਾ ਇਹਦੇ ਉੱਤੇ ਖਰਚ ਕੀਤਾ ਜਾ ਰਿਹਾ। ਤਕਰੀਬਨ 30 ਚੋਂ 25 ਸਟੇਸ਼ਨਾਂ 'ਤੇ ਜਿਹੜਾ ਉਹ ਕੰਮ ਸ਼ੁਰੂ ਹੋ ਗਿਆ। ਸ਼੍ਰੀ ਅੰਮ੍ਰਿਤਸਰ ਸਾਹਿਬ, ਬਿਆਸ, ਬਠਿੰਡਾ, ਜਲੰਧਰ ਸਿਟੀ ਐਂਡ ਪਠਾਨਕੋਟ, ਇਹਨਾਂ ਦਾ ਮਾਸਟਰ ਪਲੈਨਿੰਗ ਆ ਜਿਹੜੀ
ਇਹ ਤਿਆਰ ਹੋ ਰਹੀ ਆ। ਇਹ 1103 ਕਰੋੜ ਦੇ ਇਹ ਪ੍ਰੋਜੈਕਟ ਆ ਜਿਹੜੇ, ਇਹਦੇ ਵਿੱਚ ਡਿਵੈਲਪਮੈਂਟ ਮਾਸਟਰ ਪਲੈਨ ਆ, ਬਹੁਤ ਵਧੀਆ ਡਿਜ਼ਾਈਨ ਨੇ, ਹੋਰੀਜ਼ੋਨ 50-60 ਦੇ ਫਸਾਟ ਬਣੇ ਹੋਏ ਨੇ ਇਹਦੇ ਪਾਸ। ਇਹਦੇ ਵਿੱਚ ਚਾਹੇ ਪਲਾਜ਼ਾ ਬਣਨਗੇ, ਚਾਹੇ ਸਿਟੀ ਸੈਂਟਰ ਬਣਨਗੇ, ਚਾਹੇ ਬੜੀ ਵਧੀਆ ਬਿਲਡਿੰਗਸ ਨੇ ਜਿਹੜੀਆਂ ਦੋਨੋਂ ਪਾਸੇ ਹੋਣ। ਕੱਲ੍ਹ ਨੂੰ ਕਿਸੇ ਸ਼ਹਿਰ 'ਚ ਮੈਟਰੋ ਆਉਣੀ ਆ, ਕੱਲ੍ਹ ਕਿਸੇ ਉਹਨੂੰ ਬੱਸ ਸਟੇਸ਼ਨਾਂ ਨਾਲ ਜੋੜਨਾ, ਸਿਟੀ ਨਾਲ ਛੋੜਨਾ, ਨਹੀਂ ਇੱਕ ਪਾਸੇ ਤੁਹਾਨੂੰ ਪਤਾ ਸਟੇਸ਼ਨ ਦੀ ਜਿਹੜੀ ਆ ਉਹ ਆਉਣ ਜਾਣ ਹੁੰਦੀ ਆ। ਇਹ ਜਿਹੜੇ ਸਟੇਸ਼ਨ 30 ਦੇ 30 ਬਣ ਰਹੇ ਆ, ਦੋਨੋਂ ਪਾਸੇ ਇਹ ਸੜਕਾਂ ਦੇ ਨਾਲ ਜੁੜਨਗੇ, ਆਵਾਜਾਈ ਨਾਲ ਜਿਹੜੇ ਇਹ ਜੁੜਨਗੇ। ਇਹਦੇ ਦੇ ਵਿੱਚ ਕੈਫੀਟੇਰੀਆ ਹੋਣਗੇ, ਪੈਸੈਂਜਰ ਅਮੈਨਿਟੀਜ਼ ਐਂਡ ਰਿਟੇਲ ਸ਼ੋਪਸ ਹੋਣਗੀਆਂ, ਸਪੇਸ ਉਹਨਾਂ ਲਈ, ਅਤੇ ਖਾਸ ਤੌਰ 'ਤੇ ਸਮੂਥ ਟ੍ਰੈਫਿਕ ਫਲੋ ਜਿਵੇਂ ਵੀ ਹੋਵੇ ਉਹਦੇ ਲਈ ਪਾਰਕਿੰਗ ਫੈਸਿਲਿਟੀ ਚੰਗੀਆਂ, ਹਾਈ ਲੈਵਲ ਪਲੇਟਫਾਰਮਸ ਹੋਣਗੇ, ਇੰਪਰੂਵਡ ਸਰਫੇਸ ਐਂਡ ਪਲੇਟਫਾਰਮ ਕਵਰਸ ਹੋਣਗੇ। ਜਿਵੇਂ ਅੱਜ ਕੱਲ੍ਹ ਬੜੀ ਪ੍ਰੋਬਲਮ ਆ ਦਿਵਿਆਂਗ ਲਈ, ਉਹਦੇ ਲਈ ਖਾਸ ਸਹੂਲਤਾਂ ਹੋਣਗੀਆਂ ਵੀ ਉਹਨਾਂ ਨੂੰ ਕੋਈ ਤਕਲੀਫ ਆ ਜਿਹੜੀ ਬਿਲਕੁਲ ਨਾ ਹੋਵੇ। ਬਿਲਕੁਲ ਲਿਫਟ ਲੱਗੀਆਂ ਹੋਣਗੀਆਂ, ਸੀਸੀਟੀਵੀ ਕੈਮਰੇ ਹੋਣਗੇ, ਪ੍ਰਮੋਸ਼ਨ ਆਫ ਲੋਕਲ ਪ੍ਰੋਡਕਟਸ, ਉਹਨਾਂ ਦੀ ਐਡਵਰਟਾਈਜ਼ਮੈਂਟ ਹੋਵੇ, ਉਹਨਾਂ ਲਈ ਬਹੁਤ ਵਧੀਆ ਪ੍ਰਬੰਧ ਹੋਣਗੇ। ਇਹਦਾ ਮਤਲਬ ਇਹ ਆ ਵੀ ਵਨ ਸਟੇਸ਼ਨ ਵਨ ਪ੍ਰੋਡਕਟ ਸਕੀਮ ਦੇ ਤਹਿਤ ਇਹ ਚੀਜ਼ਾਂ ਵੀ ਉੱਥੇ ਕੀਤੀਆਂ ਜਾਣ। ਜਿਵੇਂ ਆਪਣਾ ਰੇਲਵੇ ਸਟੇਸ਼ਨ ਆ, ਇਹ ਤਾਂ ਖੈਰ ਇਸ ਰੇਲਵੇ ਸਟੇਸ਼ਨ ਤਾਂ ਜਿਹੜਾ ਬੈਸਟ ਦੁਨੀਆ 'ਚੋਂ ਜਿਹੜੇ ਰੇਲਵੇ ਸਟੇਸ਼ਨ ਬੈਸਟ ਬਣ ਰਹੇ ਆ ਉਹਦੇ ਵਿੱਚੋਂ 500 ਕਰੋੜ ਰੁਪਈਆ ਆਪਣੇ ਲੁਧਿਆਣੇ, ਉਹ ਵੱਖਰੀ ਸਕੀਮ 'ਤੇ, ਇਹ ਤਾਂ ਵਰਲਡ ਕਲਾਸ ਰੇਲਵੇ ਸਟੇਸ਼ਨ ਜਿਹੜਾ ਆਪਣਾ ਬਣ ਰਿਹਾ। ਇਹ ਮੈਂ ਤੁਹਾਨੂੰ ਪੰਜਾਬ ਦੀ ਜਾਣਕਾਰੀ ਦਿੱਤੀ ਆ। ਇਹ 'ਚ ਬਾਕੀ ਪੱਟੀ ਵਾਲਾ ਏਰੀਆ ਵੀ ਆ, ਜਿਵੇਂ ਕਿਹਾ ਹੋਰ ਮਿਸਿੰਗ ਲਿੰਕ ਵੀ ਹੈਗੇ ਆ, ਗੋਇੰਦਵਾਲ ਸਾਹਿਬ ਵਾਲਾ ਵੀ ਆ, ਹੋਰ ਤਲਵੰਡੀ ਸਾਬੋ ਉੱਥੇ ਵੀ ਇੱਕ ਮਿਸਿੰਗ ਲਿੰਕ ਹੈਗਾ ਹੈ, ਜਿਨ੍ਹਾਂ ਨੂੰ ਅੱਗੇ ਇਹਦੇ ਬਾਰੇ ਕੀ ਹੋਇਆ ਕੀ ਹੋਣ ਵਾਲਾ ਉਹਦੇ ਬਾਰੇ ਅਗਲੀ ਤਿਆਰੀ ਕਰਕੇ ਮੈਂ ਤੁਹਾਨੂੰ ਦੱਸੂੰਗਾ। ਪਰ ਅੱਜ ਜਿਹੜਾ ਇੰਪੋਰਟੈਂਟ ਸੈਕਸ਼ਨ ਆ, ਜਿਹੜਾ ਇਹ ਬਹੁਤ ਹੀ ਜ਼ਰੂਰੀ ਆ, ਜਿਹਨੂੰ ਅੱਗੇ ਇਹਦੀ DPR ਬਣੇ ਅਤੇ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਲੈਂਡ ਮੁਹੱਈਆ ਕਰਾਉਣ ਲਈ ਬੇਨਤੀ ਕਰੀਏ, ਕਿਉਂਕਿ ਇਹ ਸਿੱਧਾ ਇੱਕ ਬਹੁਤ ਵੱਡਾ ਜਿਹੜਾ ਸੈਕਸ਼ਨ ਆ, ਇਹਦੇ ਨਾਲ ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਜਦੋਂ ਜੁੜ ਜੂਗਾ, ਸਾਰਾ ਮਾਲਵਾ ਇਹਦੇ ਨਾਲ ਤਕਰੀਬਨ ਆ ਜਿਹੜਾ ਜੁੜੂਗਾ। ਅਤੇ ਇਹ ਬੜਾ ਸਾਰੀ ਤੁਹਾਨੂੰ ਇਹ ਜਿਹੜੀਆਂ ਰਿਟਨ ਉਹ ਮੈਂ ਤੁਹਾਨੂੰ ਮੁਹੱਈਆ ਕਰਵਾ ਦੂੰਗਾ ਇਹਨਾਂ ਦੇ ਪ੍ਰਿੰਟ। ਅਤੇ ਇਹ ਕੁਛ ਰੇਲਵੇ ਦੇ ਤੁਹਾਨੂੰ ਅੱਜ ਕੰਮ ਦੱਸਿਆ ਵੀ 30 ਸਟੇਸ਼ਨਾਂ ਦਾ ਕੰਮ ਹੋ ਰਿਹਾ, ਖਾਸ ਤੌਰ 'ਤੇ ਵਰਲਡ ਕਲਾਸ ਦਾ ਲੁਧਿਆਣੇ ਦਾ ਕੰਮ ਹੋ ਰਿਹਾ, ਅਤੇ ਅੱਗੇ ਕਿੰਨੀਆਂ ਇੱਕ ਸਾਲ ਦੇ ਅੰਦਰ ਅੰਦਰ ਇਹ 30 ਰੇਲਵੇ ਸਟੇਸ਼ਨ ਨੇ ਜਿਹੜੇ ਬਣ ਕੇ ਆ ਤਿਆਰ ਹੋਣੇ ਆ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਹੈਗੀ ਆ। ਅਤੇ ਮੈਨੂੰ ਮੈਂਡੇਟ ਆ ਜਿਹੜਾ ਉਹ ਸੈਂਟਰ ਗੌਰਮੈਂਟ ਨੇ ਦਿੱਤਾ, ਮੇਰਾ ਮੈਂਡੇਟ ਸਾਰੇ ਉਹ ਪੰਜਾਬ ਲਈ ਆ। ਅਤੇ ਜ਼ਰੂਰ ਜੋ ਵਿਜ਼ਨ ਦਿੱਤਾ ਸੀ ਉਹਦੇ ਵਿੱਚੋਂ ਕਿਹੜੀ ਪ੍ਰਾਇਓਰਟੀ 'ਤੇ ਚੀਜ਼ਾਂ ਜਿਹੜੀਆਂ ਹੋਣਗੀਆਂ ਪ੍ਰਾਇਓਰਟੀ 'ਤੇ ਉਹ ਚੀਜ਼ਾਂ ਪਹਿਲਾਂ ਲਵਾਂਗੇ, ਅਤੇ ਉਦੋਂ ਬਾਅਦ ਵਾਰੀ ਵਾਰੀ ਸਿਰਾ ਜਿਹੜੀਆਂ ਉਹ ਸਾਰੀਆਂ ਚੀਜ਼ਾਂ ਸਿਰੇ ਚੜਾਵਾਂਗੇ। ਜਿਹੜਾ ਬੁੱਢਾ ਦਰਿਆ ਏ ਉਹਨੂੰ ਕਿਵੇਂ ਬਣਾਉਣਾ, ਉਹ 650 ਕਰੋੜ ਰੁਪਈਆ ਆਇਆ ਹੋਇਆ, ਉਹਦੇ ਉੱਤੇ ਸਾਡੀ ਸਾਰੀ ਮੋਨੀਟਰਿੰਗ ਟੀਮ, ਚਾਹੇ ਸਾਡੇ ਸਾਰੀ ਸੀਨੀਅਰ ਲੀਡਰਸ਼ਿਪ ਆ, ਉਹਦੇ ਮੋਨੀਟਰਿੰਗ ਕਰਨੀ ਅਸੀਂ ਸ਼ੁਰੂ ਕਰਾਂਗੇ। ਸਭ ਤੋਂ ਪਹਿਲਾਂ ਤਾਂ ਆਨ ਗੋਇੰਗ ਉਹ ਪ੍ਰੋਜੈਕਟ ਆ, ਉਹਨੂੰ ਸਭ ਤੋਂ ਪਹਿਲਾਂ ਸਿਰੇ ਚੜਾਉਣਾ। ਅਤੇ ਆਉਣ ਵਾਲੇ ਦਿਨਾਂ 'ਚ ਇੱਕ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਅਸੀਂ ਬਣਾਉਣ ਦੀ ਜਿਹੜੀ ਸਾਡੀ ਸੋਚ ਚੱਲ ਰਹੀ ਆ, ਤਕਰੀਬਨ ਉਹ ਬਣ ਕੇ ਤਿਆਰ ਆ, ਉਹਨੂੰ ਅੱਗੇ ਕਿਸ ਤਰੀਕੇ ਨਾਲ ਉੱਥੋਂ ਫਲਾਈਟਸ ਚਲਾਉਣੀਆਂ ਅਤੇ ਰੇਲਵੇ ਸਟੇਸ਼ਨ ਚਲਾਉਣਾ, ਇਹ 3 ਚੀਜ਼ਾਂ ਸਾਡੀਆਂ ਪ੍ਰਾਇਓਰਟੀ 'ਤੇ ਹੋਣਗੀਆਂ। ਬੁੱਢਾ ਦਰਿਆ ਇਹਨੂੰ ਨਾਲੇ ਤੋਂ ਬਣਾਉਣਾ, ਰੇਲਵੇ ਸਟੇਸ਼ਨ ਏਅਰਪੋਰਟ ਜਿਹੜਾ ਉਹ ਜਲਦੀ ਦਿਲ ਤੋਂ ਉਹਨੂੰ ਸ਼ੁਰੂ ਕਰਨਾ ਵੀ ਉਰਿਓਂ ਉਡਾਨਾਂ ਜਿਹੜੀਆਂ ਉਹ ਦਿੱਲੀ ਨੂੰ ਜਾਣ, ਕਿਤੇ ਧਾਰਮਿਕ ਡੈਸਟੀਨੇਸ਼ਨਾਂ 'ਤੇ ਜਾਣ, ਕਿਤੇ ਟੂਰਿਸਟ ਡੈਸਟੀਨੇਸ਼ਨਾਂ 'ਤੇ ਜਾਣ। ਇਹ 3 ਚੀਜ਼ਾਂ ਜਿਹੜੀਆਂ ਪ੍ਰਾਇਓਰਟੀ 'ਤੇ
ਦੇਖੋ ਉਹ ਲੋਕਾਂ ਲਈ ਜਿਹੜਾ ਸਾਡਾ ਬੀਜੇਪੀ ਦਫ਼ਤਰ ਹਰ ਵੇਲੇ ਖੁੱਲ੍ਹਾ ਹੈ, ਕੋਈ ਵੀ ਉੱਥੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਤੋਂ ਲੈ ਕੇ ਸਾਰੀਆਂ ਟੀਮਾਂ ਸਾਡੀਆਂ ਉੱਥੇ ਬੈਠੀਆਂ ਹੈ, ਕਦੇ ਵੀ ਜਿਸ ਨੂੰ ਵੀ ਕੋਈ ਕਦੇ ਵੀ ਜ਼ਰੂਰਤ ਪਊਗੀ, ਲੋੜ ਹੋਏਗੀ, ਉਹ ਅਲੱਗ ਉੱਥੇ ਜਿਹੜੀਆਂ ਹੋਰ ਟੈਲੀਫੋਨ ਲਾਈਨਾਂ ਅਸੀਂ ਪ੍ਰੋਗਰਾਮ ਬਣਾ ਕੇ ਮੁਹੱਈਆ ਕਰਾਵਾਂਗੇ, ਪਰ ਸਾਰੀਆਂ ਟੀਮਾਂ ਵਾਰ ਵਾਰ ਆ ਜਿਹੜੀਆਂ ਉਹ ਬੀਜੇਪੀ ਆਫਿਸ ਤੋਂ, ਸਾਡਾ ਸ਼ਹਿਰ ਦਾ ਕੰਮ ਆ ਜਿਹੜਾ ਉਹ ਲੋਕਾਂ ਦਾ ਲੁਧਿਆਣੇ ਦਾ ਉੱਥੋਂ ਚੱਲੇਗਾ। ਹਾਂ, ਜਿਹੜੀਆਂ ਮਿਨਿਸਟਰੀ ਦੇ ਕੰਮ ਨੇ ਉਹ ਮਿਨਿਸਟਰੀ ਲੈਵਲ 'ਤੇ ਜਿਹੜੇ ਦਫ਼ਤਰ ਨੇ ਉਹ ਦੋਨੋਂ ਉਹ ਆਪਰੇਟ ਕਰਨਗੇ। ਬਿਲਕੁਲ ਡਿਵੀਜ਼ਨਾਂ ਦਾ ਇਹ ਕੋਈ ਮਤਲਬ ਨਹੀਂ ਗਾ ਬਈ ਉਹ ਕੋਈ ਉੱਥੇ ਕੰਮ ਪ੍ਰਭਾਵਿਤ ਹੋ ਰਿਹਾ। ਦਰਾਹੇ ਤੱਕ ਆ ਦਰਾਹਾ ਨਾਲ ਹੀ ਆ ਨਾ, ਦਰਾਹੇ ਤੱਕ ਆ ਜਿਹੜਾ ਉਹ ਅੰਬਾਲਾ ਡਿਵੀਜ਼ਨ ਪੈਂਦਾ ਹੈ, ਦਵਾ ਦਰਾਹੇ ਤੋਂ ਅੱਗੇ ਜਿਹੜਾ ਫਿਰੋਜ਼ਪੁਰ ਡਿਵੀਜ਼ਨ ਪੈ ਜਾਂਦਾ। ਆਪਾਂ ਨੂੰ ਅੰਬਾਲਾ ਨੇੜੇ ਆ ਜਾਂ ਫਿਰੋਜ਼ਪੁਰ ਨੇੜੇ ਆ, ਇਸ ਕਰਕੇ ਉਹ ਕੰਮ ਆ ਜਿਹੜਾ ਉਹ ਬਿਲਕੁਲ ਇਸ ਚੀਜ਼ ਨਾਲ ਇਫੈਕਟ ਨਹੀਂ ਹੁੰਦਾ। ਕੰਮ ਤਾਂ ਇਸ ਵੇਲੇ ਦਿੱਲੀ ਆ, ਦਿੱਲੀ ਤੋਂ ਕੰਮ ਕੇਰਲਾ 'ਚ ਵੀ ਹੁੰਦੇ ਆ, ਦਿੱਲੀ ਤੋਂ ਕੰਮ ਕੰਨਿਆ ਕੁਮਾਰੀ ਚਾਹੇ ਜੰਮੂ ਕਸ਼ਮੀਰ 'ਚ ਵੀ ਹੁੰਦੇ ਆ। ਗੱਲ ਇਹ ਆ ਵੀ ਉਹਨੂੰ ਸਟ੍ਰੀਮਲਾਈਨ ਹੋਰ ਵਧੀਆ ਕਿਵੇਂ ਕੀਤਾ ਜਾ ਸਕਦਾ। ਉਹਦੇ ਵਿੱਚ ਮੰਤਰੀ ਜੀ ਨੇ ਪਹਿਲੀ ਮੀਟਿੰਗ ਅਸੀਂ ਕੀਤੀ ਅਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਪ੍ਰਾਇਓਰਿਟੀ 'ਤੇ ਇਹ ਲਿਆ ਗਿਆ ਹੈ ਵੀ ਕਿਸ ਤਰੀਕੇ ਨਾਲ ਟਾਈਮਿੰਗ ਟ੍ਰੇਨਸ ਦੀ ਸਭ ਤੋਂ ਪੰਕਚੁਅਲਿਟੀ ਜਿਹੜੀ ਆ ਉਹ ਮਸਟ ਆ ਵੀ। ਪਰ ਜੇ ਆਪਣਾ ਦੇਖਿਆ ਜਾਵੇ ਬਹੁਤ ਵਧੀਆ ਪੰਕਚੁਅਲਿਟੀ ਆ ਜਿਹੜੀ ਉਹ ਚੱਲ ਰਹੀ ਆ 90 ਦੇ ਤਕਰੀਬਨ। ਜਿਹੜਾ ਇੰਟਰਨੈਸ਼ਨਲ ਪੰਕਚੁਅਲਿਟੀ ਦਾ ਜੇ ਗ੍ਰਾਫ ਦੇਖੀਏ, ਜੇ ਆਪਾਂ ਯੂਰਪੀਅਨ ਕੰਟਰੀਜ਼ ਦਾ, ਅਮੈਰੀਕਾ ਦੀ, ਜਾਂ ਕਿਉਂਕਿ ਅਸੀਂ ਅਮੈਰੀਕਾ, ਰਸ਼ੀਆ, ਚਾਈਨਾ ਉਹਨਾਂ ਦਾ ਸਭ ਤੋਂ ਵੀ ਵੱਡਾ ਜਿਹੜਾ ਰੇਲਵੇ ਦਾ ਪ੍ਰਸਾਰ ਆ, ਸਾਡਾ ਵੀ ਉਹਨਾਂ ਤੋਂ ਥੱਲੇ ਆ। ਪਰ ਪੰਕਚੁਅਲਿਟੀ ਆ ਜਿਹੜੀ ਸਾਡੀ ਉਹ ਆਪਣੀ ਦੇਖਦੇ ਆ 80 'ਤੇ, ਅਸੀਂ ਕਈ ਡਿਵੀਜ਼ਨ ਨੇ ਸਾਡੀਆਂ ਜਿਹੜੀਆਂ 90 ਤੋਂ ਵੀ ਉੱਚੇ ਪੰਕਚੁਅਲਿਟੀ ਸਾਡੀ ਆ ਰਹੀ ਆ। ਜਿੱਥੇ ਆ ਕੁਛ ਚਿਰ ਇਲੈਕਸ਼ਨਸ ਕਰਕੇ ਜਦੋਂ ਸਾਰੀ ਮਸ਼ੀਨਰੀ ਇੱਧਰ ਲੱਗ ਜਾਂਦੀ ਆ, ਕਈ ਡਿਵੀਜ਼ਨ ਦੀ ਪੰਕਚੁਅਲਿਟੀ ਆ ਜਿਹੜੀ ਉਹ ਟ੍ਰੇਨਾਂ ਦੇ ਟਾਈਮ ਜ਼ਰੂਰ ਡਿਸਟਰਬ ਹੋਏ। ਪਰ ਬਹੁਤ ਹੀ ਸਟਰੋਂਗਲੀ ਮੰਤਰੀ ਜੀ ਨੇ ਕੱਲ੍ਹ ਅਸੀਂ ਜਦੋਂ ਜੁਆਇੰਟ ਮੀਟਿੰਗ ਕੀਤੀ ਉਹ 'ਚ ਸਟ੍ਰਿਕਟਲੀ ਐਕਸ਼ਨ ਲਿਆ ਗਿਆ, ਚਾਹੇ ਉਹ GM ਨੇ ਚਾਹੇ DRM ਨੇ, ਉਹਨਾਂ ਨੂੰ ਪੰਕਚੁਅਲਿਟੀ ਠੀਕ ਕਰਨ ਦਾ। ਬਾਕੀ ਆਪਣਾ ਲੁਧਿਆਣੇ ਦਾ ਤਾਂ ਰੇਲਵੇ ਸਟੇਸ਼ਨ ਬੈਸਟ ਬਣ ਰਿਹਾ, ਹਜੇ ਅੰਬਾਲੇ ਨਹੀਂ ਕੰਮ ਸ਼ੁਰੂ ਹੋਇਆ ਜਿੱਥੇ ਕਿ ਐਡੀ ਵੱਡੀ ਆਪਣਾ ਲੁਧਿਆਣਾ ਤਾਂ 500 ਕਰੋੜ 'ਚ ਪਹਿਲਾਂ ਹੀ ਆਇਆ ਹੋਇਆ, ਅਤੇ ਇਸ ਕਰਕੇ ਇੱਥੇ ਕੋਈ ਕਮੀ ਨਹੀਂ ਰਹੂ। ਦੇਖੋ ਜਦੋਂ ਇਹ ਹੈ ਹੀ ਸਿਆਸਤ, ਸਰਕਾਰਾਂ ਬਣਦੀਆਂ ਹੈ, ਪਾਰਟੀਆਂ ਦੀਆਂ ਬਣਦੀਆਂ, ਇਹਨੂੰ ਅਲੱਗ ਤਾਂ ਆਪਾਂ ਕਿਸੇ ਚੀਜ਼ ਨੂੰ ਦੇਖ ਹੀ ਨਹੀਂ ਸਕਦੇ। ਜੇ ਸਰਕਾਰ ਆ ਤਾਂ ਉਹ NDA BJP ਦੀ ਸਰਕਾਰ ਆ ਨਾ, ਅਤੇ ਜਿੱਥੇ ਸਰਕਾਰ ਦੀ ਪ੍ਰਾਇਓਰਿਟੀ ਆ ਉਹ ਕੰਮਾਂ ਦੀ, ਉਦੋਂ ਬਾਅਦ ਸਾਡੀ ਪਾਰਟੀ ਦੀ ਵੀ ਪ੍ਰਾਇਓਰਿਟੀ ਹੈ। ਪਾਰਟੀ ਨੂੰ ਜੇ ਅਸੀਂ ਸਰਕਾਰ 'ਚ ਬੈਠੇ ਹਾਂ ਅੱਜ ਤਾਂ ਉਹ ਪਾਰਟੀ ਦੇ ਕਰਕੇ ਬੈਠੇ ਹਾਂ, ਅਤੇ ਇਸ ਕਰਕੇ ਪਾਰਟੀ ਨੂੰ ਬਿਲਕੁਲ ਇਹ ਬਹੁਤ, ਮੈਂ ਜਿਵੇਂ ਪਹਿਲਾਂ ਵੀ ਕਿਹਾ, ਕੱਲ੍ਹ ਜਾਖੜ ਸਾਹਿਬ ਨੇ ਵੀ ਕਿਹਾ ਬਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਚਾਹੇ ਅਮਿਤ ਸ਼ਾਹ ਜੀ, ਨੱਡਾ ਜੀ,
ਉਹਨਾਂ ਦੀ ਬਿਲਕੁਲ ਜਿਹੜਾ ਜਿਹੜੀ ਮੈਂ ਸਮਝਦਾ ਵੀ ਉਹਨਾਂ ਦਾ ਧਿਆਨ ਦੇਸ਼ 'ਚ ਵੀ ਆ, ਪਰ ਜੇ ਆਪਾਂ ਲਈਏ ਵੀ ਪਹਿਲੇ ਨੰਬਰ 'ਤੇ ਦੂਜੇ ਨੰਬਰ 'ਤੇ, ਉਹਦੇ ਵਿੱਚੋਂ ਪੰਜਾਬ ਆਉਂਦਾ ਹੈ। ਅਤੇ ਪੰਜਾਬ ਨੂੰ ਉਹ ਹਮੇਸ਼ਾ ਬਹੁਤ ਹੀ ਗਹਿਰੀ ਨਿਗਾਹ ਨਾਲ, ਟੌਪ ਮੋਸਟ ਪ੍ਰਾਇਓਰਿਟੀ ਹੈ ਜੋ ਮੈਨੂੰ ਅਤੇ ਬਾਕੀ ਬੀਜੇਪੀ ਨੂੰ ਸਭ ਨੂੰ ਇੰਸਟਰਕਸ਼ਨਸ ਨੇ ਕਿਹਾ ਗਿਆ ਹੈ ਵੀ ਤੁਸੀਂ ਪੰਜਾਬ ਦਾ ਹਰ ਪਿੰਡ ਸ਼ਹਿਰ ਦਾ ਦਰਵਾਜ਼ਾ ਖੜਕਾਉਣਾ ਹੈ ਜਾ ਕੇ। ਮੇਰਾ ਇੱਕ ਸਵਾਲ ਹੈ, ਇੱਕ ਵਾਇਰਲ ਹੋ ਰਹੀ ਹੈ ਵੀਡੀਓ ਕੱਲ੍ਹ ਦੀ ਬੜੀ ਸੋਸ਼ਲ ਮੀਡੀਆ 'ਤੇ, ਕਿ ਤੁਸੀਂ ਜਿਹੜਾ ਨਿਊਲੀ ਇਲੈਕਟਡ ਐਮ ਪੀ ਹੈ ਆਨਲਾਈਨਰ ਅੰਮ੍ਰਿਤਪਾਲ ਸਿੰਘ, ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਨਾਲ ਕੀ ਗੱਲ ਕਰੋਗੇ? ਮੈਨੂੰ ਇੱਕ ਕਈ ਚੈਨਲਸ 'ਤੇ ਉਹਨਾਂ ਦੇ ਪਿਤਾ ਜੀ ਇਹ ਗੱਲ ਕਰ ਰਹੇ ਆ ਬਈ ਹੁਣ ਰਵਨੀਤ ਬਿੱਟੂ ਨੂੰ ਕੇਂਦਰ ਨੇ ਇੱਕ ਪੰਜਾਬ ਦੇ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਆ, ਮੈਂ ਚਾਹੂੰਗਾ ਵੀ ਉਹ ਸਾਡੀ ਗੱਲ ਜ਼ਰੂਰ ਸੁਣਨ ਅਤੇ ਕਰਨ। ਅਤੇ ਮੈਂ ਉਦੋਂ ਬਾਅਦ ਇੱਕ ਐਜ਼ ਏ ਪੰਜਾਬੀ ਹੋਣ ਨਾਤੇ, ਐਜ਼ ਏ ਇੱਕ ਸੈਂਟਰ 'ਚ ਰੀਪ੍ਰਜੈਂਟ ਕਰ ਰਹੇ ਹਾਂ, ਮੈਂ ਇਹ ਕਿਹਾ ਵੀ ਮੈਂ ਜ਼ਰੂਰ ਜੇ ਤਾਂ ਤੁਹਾਡੇ ਰਾਹੀਂ ਮੈਂ ਸੁਣਿਆ ਚਾਹੁੰਦਾ ਵੀ ਉਹ ਗੱਲ ਕਰਨਾ ਚਾਹੁੰਗੇ ਮੇਰੇ ਨਾਲ ਸੰਪਰਕ ਕਰਨਗੇ, ਬਹੁਤ ਅੱਛੀ ਗੱਲ ਆ। ਜੇ ਉਹ ਚਾਹੁੰਗੇ ਵੀ ਮੈਂ ਉਹਨਾਂ ਨਾਲ ਸੰਪਰਕ ਕਰਾਂ ਤਾਂ ਮੈਂ ਉਹ ਵੀ ਜ਼ਰੂਰ ਕਰਾਂਗੇ। ਸਾਨੂੰ ਇਹ 'ਚ ਕੋਈ ਵੀ ਨਹੀਂ, ਜੇ ਕੋਈ ਦੇਸ਼ ਵਾਸੀ ਕੋਈ ਸੁਧਾਰ ਕਰਨਾ ਚਾਹੁੰਦਾ ਆਪਣੇ 'ਚ, ਅਤੇ ਲੋਕਾਂ ਨੇ ਇੱਕੋ ਗੱਲ 'ਤੇ ਉਹਨੂੰ ਮੈਂਡੇਟ ਦਿੱਤਾ, ਮੈਂਬਰ ਪਾਰਲੀਮੈਂਟ ਬਣਾਇਆ, ਕੀ ਪਤਾ ਉਹਦੇ ਮਨ 'ਚ ਕੀ ਗੱਲ ਆ, ਕਿਉਂਕਿ ਉਹਦੇ ਫਾਦਰ ਉਹਦੇ ਮਾਤਾ ਜੀ ਉਹਨੂੰ ਮਿਲਦੇ ਤਾਂ ਉਹੀ ਨੇ ਨਾ ਜੀ। ਜੇ ਉਹਨਾਂ ਦੀ ਕੋਈ ਗੱਲ ਦੇਸ਼ ਲਈ ਚੰਗੀ ਹੋਏਗੀ, ਦੇਸ਼ ਦੇ ਕਾਨੂੰਨ ਲਈ ਚੰਗੀ ਹੋਏਗੀ, ਤਾਂ ਉਹ ਜ਼ਰੂਰ ਮੈਂ ਉਹਨਾਂ ਦੀ ਗੱਲ ਸੁਣ ਕੇ ਜੋ ਮੈਂ ਪਹੁੰਚਾ ਸਕੂੰਗਾ, ਕਿਉਂਕਿ ਇਹ 'ਚ ਇੰਟਰਵੀਨ ਸਟੇਟ ਗੌਰਮੈਂਟ ਨੇ ਬਹੁਤ ਵੱਡਾ ਕਰਨਾ, ਕਿਉਂਕਿ ਜਿਹੜਾ NSA ਲੱਗਦਾ ਏ ਉਹ ਸੂਬੇ ਦੀ ਸਰਕਾਰ ਆ ਜਿਹੜੀ ਉਹ ਰਿਕਮੈਂਡ ਕਰਦੀ ਆ, ਅਤੇ ਉਹ ਅੱਗੇ ਉਹਦੀ ਸਜ਼ਾ ਵਧਾਉਣ ਲਈ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਮਾਨ ਸਾਹਿਬ ਉਹਨਾਂ ਨੇ ਅੱਗੇ ਚਿੱਠੀ ਲਿਖਤੀ ਆ ਉਹਨੂੰ ਐਕਸਟੈਂਡ ਕਰ ਲਈ ਉਹਨਾਂ 'ਤੇ NSA ਲਈ। ਅਤੇ ਜਿਹੜਾ ਫੜਿਆ ਏ ਉਹ ਵੀ ਸਟੇਟ ਗੌਰਮੈਂਟ ਨੇ ਫੜਿਆ, ਐਜ਼ ਏ ਸੈਂਟਰ ਗੌਰਮੈਂਟ ਦੇ ਨੁਮਾਇੰਦੇ ਮੈਂ ਉਹਨਾਂ ਦੀ ਗੱਲ ਜ਼ਰੂਰ ਸੁਣ ਕੇ ਅਤੇ ਜੋ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਾਲੀ ਗੱਲ ਹੋਊਗੀ ਉਹ ਜ਼ਰੂਰ ਮੈਂ ਪਹੁੰਚਾਊਂਗਾ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਆ। ਨਹੀਂ, ਮੈਂ ਬਿਲਕੁਲ ਸਹੀ ਗਲਤ ਵਾਲੀ ਗੱਲ 'ਚ ਮੈਂ ਪਿਆ ਹੀ ਨਹੀਂ। ਮੈਂ ਤਾਂ ਇਹ ਕਿਹਾ ਵੀ ਕਿਸੇ ਵੀ ਚੀਜ਼ ਦੇ ਵਿੱਚ ਕਾਨੂੰਨ ਆਪਣਾ ਕੰਮ ਕਰ ਰਿਹਾ, ਰਾਸ਼ਟਰਪਤੀ ਜੀ ਨੇ ਆਪਣਾ ਕਰਨਾ, ਸੁਪਰੀਮ ਕੋਰਟ ਨੇ ਆਪਣਾ ਕਰਨਾ, ਮੈਂ ਇੰਨਾ ਗੱਲ ਕਹੀ ਆ ਵੀ ਮੈਂ ਕਿਸੇ ਚੀਜ਼ 'ਚ ਜਿਹੜਾ ਏ ਉਹ ਰੋੜਾ ਜਾਂ ਉਹਦੇ ਵਿੱਚ ਰੁਕਾਵਟ ਨਹੀਂ ਬਣੂ। ਉਹ ਕਾਂਗਰਸ ਨੇ ਸ਼ਡਿਅੰਤਰ ਹੀ ਹਮੇਸ਼ਾ ਰਚੇ ਨੇ, ਉਹ ਮਾਹਰ ਨੇ ਸ਼ਡਿਅੰਤਰ ਰਚਨ 'ਚ। ਮੈਂ ਤਾਂ ਦੱਸ ਦੀ ਸਪਸ਼ਟ ਗੱਲ ਦੇ ਤਾਂ ਕਿੰਨੀ ਵਾਰ ਦੇ ਤਾਂ ਮੈਂ 4 ਦਿਨਾਂ ਦਾ ਇਸ ਗੱਲ ਦਾ ਹੀ ਜਵਾਬ ਦੇ ਰਿਹਾ, ਉਹਦੇ ਵਿੱਚ ਹੋਰ ਕੁਛ ਕੋਈ ਲਾਈਨਸ 'ਚ ਰੀਡ ਕਰਨ ਦੀ ਕੋਈ ਲੋੜ ਨਹੀਂ ਗੀ। ਮੈਂ ਤਾਂ ਉਹਨਾਂ ਨੂੰ ਪੁੱਛਿਓ, ਮੈਂ ਨਾ ਤਾਂ ਉਹਨਾਂ ਦੀ ਪਾਰਟੀ 'ਚ ਹਾਂ ਅਤੇ ਨਾ ਮੈਂ ਕੋਈ ਬਾਉਂਡ ਹਾਂ ਵੀ ਉਹਨਾਂ ਦੀ ਕਿਸੇ ਗੱਲ ਦਾ ਮੈਂ ਜਵਾਬ ਦੇਵਾਂ।
ਥੈਂਕ ਯੂ ਵੈਰੀ ਮੱਚ ਜੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ। ਪਾਰਟੀ ਪਾਰਟੀ ਕਰੂਗੀ।